मात्रियां दे मोढ़ियां दे दादियां परदादियां दी अखियां जाया करदियां सन पर अज ओ समा आ गया है जदों पोतरियां पोतरियां दी अखियां दादियां परदादियां दे मोढ़ियां दी जांदियां। इलेक्शन तो पहला रोजगार का वादा किया कि नौजवानों को रोजगार दिता जाऊगा, रोजगार पत्ते दिते जाओ, कितने है नौजवान? जोर ला रही है जी खिलाड़ी बनाओ तो दूजे बने शरेआम गोलियां मार के हत्या की जाती है एक खिलाड़ी की। असलू तुम की कहना चाहते कुछ दिन पहला सोशल मीडिया ते कुछ बच्चियां दी एक वीडियो खूब वायरल हुई सी जिस चो कणक दे खेतां नू क्रिकेट दा मैदान बना के उन्हां चो एक बच्चा अजही हिंदी पंजाबी मिक्स कमेंट्री करदा है कि सब दे ढिड्डी पीड़ा पै जांदियां ने। जिस तो बाद जवाकां दी एक होर व्यंगमई वीडियो ने सोशल मीडिया ते हुण भुचाल लिया आंदा है जिस एक बच्चा एंकर दी भूमिका निभांदा है ते बाकी सियासी लीडरां दी ते सवाल जवाब अजे हुंदे ने के वड़े वड़े पत्रकार अते लीडर इस वीडियो नू शेयर कर रहे ने। वीडियो च पत्रकार ओ सवाल करदा दिखाई दिंदा है जो हुण तक शायद ही किसे पत्रकार ने सूबे दे मुखियां जां लीडरां नू कीते होण। जरा देखो ये वीडियो जिसने वड़े वड़े लीडरां अते पत्रकारां नू चक्करां च पा दिता है अते बच्चा इस वीडियो राही वड़े वड़े पत्रकारां नू भी कलोलां करदा दिखाई दिंदा है। हाँ जी अज असी न्यूज़ चैनल वालों विचार चर्चा कर जा रहे हैं इतने सारिया पार्टियां के सरमोर लीडर आगू साथी जोड़े साढ़े ना इतने जुड़े हुए हैं इतने सब ना पहला तो लैफ्ट यूनिटी जी खब्बे पक्षी पार्टियां के खब्बे पक्षी धर के काफ़ी सूझवान लीडर जुड़े हुए हैं इसके ही भारतीय जनता पार्टी साथी जुड़े हुए हैं इस ही सत्तर पार्टी के साथी जुड़े हुए हैं कांग्रेस पार्टी के ਜਿਹੜੇ ਉਹਨਾਂ ਨਾਲ ਵੀ ਆਪਾਂ ਗੜਵਾ ਜੀ ਨਾਲ ਵੀ ਗੱਲ ਕਰਾਂਗੇ। ਇਸ ਦੇ ਨਾਲ ਹੀ ਇੱਧਰ ਆਪਣੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਆਗੂ ਸਾਹਿਬਾਨ ਨੇ ਉਹ ਵੀ ਜੁੜੇ ਹੋਏ ਨੇ। ਅੱਜ ਸਾਡਾ ਗੜਵਾ ਜੀ ਪਹਿਲਾ ਸਵਾਲ ਤੁਹਾਡੀ ਕਾਂਗਰਸ ਪਾਰਟੀ ਨੂੰ ਇਹ ਹੈ, ਸਤੱਤਰ ਪਾਰਟੀ ਨੂੰ ਇਹ ਹੈ ਕਿ ਜਿਹੜਾ ਨਸ਼ਾ ਹੈ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਕਿਉਂਕਿ ਨਸ਼ੇ ਨੂੰ ਤੁਸੀਂ ਕਿਹਾ ਸੀ ਕਿ ਅਸੀਂ ਖਤਮ ਕਰ ਦੇਵਾਂਗੇ, ਤਾਂ ਅਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਕਹੀ ਸੀ ਪਰ ਨਸ਼ਾ ਖਤਮ ਨਹੀਂ ਹੋਇਆ। ਇਹ ਲੋਕਾਂ ਦਾ ਕਹਿਣਾ ਹੈ, ਇਹ ਸਾਡਾ ਕਹਿਣਾ ਨਹੀਂ ਹੈ, ਲੋਕਾਂ ਦਾ ਨਜ਼ਰੀਆ ਹੈ। ਲੋਕ ਇਹ ਗੱਲ ਭਲੀ ਭਾਂਤ ਜਾਣ ਚੁੱਕੇ ਨੇ ਕਿ ਨਸ਼ਾ ਹਾਲੇ ਤੀਕਰ ਨਹੀਂ ਖਤਮ ਹੋਇਆ, ਨਸ਼ਾ ਉਸੇ ਤਰ੍ਹਾਂ ਹੀ ਬਰਕਰਾਰ ਜਾਰੀ ਹੈ। ਅਤੇ ਕੋਈ ਟਾਈਮ ਉਹ ਸੀ ਜਦੋਂ ਪੋਤਰਿਆਂ ਪਤੋਤਰਿਆਂ ਦੇ ਮੋਢਿਆਂ 'ਤੇ ਦਾਦਿਆਂ ਪੜਦਾਦਿਆਂ ਦੀਆਂ ਅੱਖੀਆਂ ਜਾਇਆ ਕਰਦੀਆਂ ਸਨ ਪਰ ਅੱਜ ਉਹ ਸਮਾਂ ਆ ਚੁੱਕਿਆ ਹੈ ਜਦੋਂ ਪੋਤਰਿਆਂ ਪਤੋਤਰਿਆਂ ਦੀਆਂ ਅੱਖੀਆਂ ਦਾਦਿਆਂ ਪੜਦਾਦਿਆਂ ਦੇ ਮੋਢਿਆਂ 'ਤੇ ਜਾਂਦੀਆਂ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਸ ਨਸ਼ੇ ਨੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਈ ਮਾਵਾਂ ਦੇ ਪੁੱਤ ਜਿਹੜੇ ਆ ਉਹ ਇਸ ਦਲਦਲ 'ਤੇ ਫਸ ਗਏ ਆ ਤੇ ਕਈ ਭੈਣਾਂ ਦੇ ਵੀਰ ਜਿਹੜੇ ਇਸ ਦਲਦਲ 'ਚ ਤੇ ਕਈਆਂ ਭੈਣਾਂ ਦੇ ਤੇ ਸੁਹਾਗ ਹੀ ਉੱਜੜ ਗਏ ਆ ਇਸ ਨਸ਼ੇ ਦੀ ਦਲਦਲ ਦੇ ਵਿੱਚ। ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਤੁਹਾਡੀ ਗੱਲ ਤੋਂ ਬਹੁਤ ਸਹਿਮਤ ਆ ਤੇ ਨਾਲੇ ਮੈਨੂੰ ਥੋੜਾ ਕੁ ਸਮਾਂ ਦਿਓ ਮੈਂ ਕੁਝ। ਇਹਨਾਂ ਪਿਛਲੇ 3 ਸਾਲਾਂ ਵਿੱਚ ਕੁਝ ਨਹੀਂ ਕੀਤਾ, 2 ਸਾਲਾਂ ਕੀ ਕਰ ਲਿਆ ਇਹਨਾਂ? ਸਭ ਤੋਂ ਵੱਧ ਨਸ਼ਾ ਉਕਾਇਆ 3 ਸਾਲਾਂ ਵਿੱਚ। ਨਹੀਂ ਤੁਸੀਂ ਅੱਜ ਸਮੇਂ ਸਭ ਤੋਂ ਵੱਧ ਨਸ਼ਾ ਇਹਨਾਂ ਸਾਡੇ ਸਮੇਂ ਨਸ਼ਾ ਬਹੁਤ ਕਰਦੇ ਸਾਡੇ ਸਮੇਂ ਗੌਣ ਆਪਾਂ ਵੇਖੋ ਕਿਹੜਾ ਘਰ ਜਾ ਕੇ ਕੁੜੀਆਂ ਦੇ ਕੇ ਆਉਂਦੇ ਨਸ਼ੇ ਦੀਆਂ ਗੜਵਾ ਜੀ ਆਪਾਂ ਬਿਆਹ ਤੁਸੀਂ ਘਰ ਘਰ ਕੁੜੀਆਂ ਦੇ ਕੇ ਆਉਂਦੇ ਨਸ਼ੇ ਦੀਆਂ ਜੜੀ ਬੂਟੀ ਕੋਈ ਖੋ ਲਿਆ ਹੋਵੇ, ਸੁਜੀਵਨੀ ਖੋ ਲਿਆ ਹੋਵੇ ਵੀ ਉਹ ਖਵਾ ਦੋਗੇ ਲੋਕਾਂ ਨੂੰ ਵੀ ਆ ਲਓ ਜੀ ਖਾ ਲਓ ਜੀ ਇਹਨਾਂ ਡਾਊਨ ਨਹੀਂ ਕਰਨਾ ਪੈਣਾ ਅਗਲੇ 2 ਸਾਲਾਂ ਵਿੱਚ ਅਸੀਂ ਬਹੁਤ ਕੁਝ ਕੀਤਾ ਕੀ ਕੀਤਾ ਤੁਹਾਡੇ ਸਮੇਂ ਤੋਂ ਤੁਹਾਨੂੰ ਦੇਖੋ ਜੀ ਆਪਾਂ ਬਹੁਤ ਸਾਡੇ ਸਮੇਂ ਬਹੁਤ ਨਹੀਂ ਕਰਨੀ ਵੇਖੋ ਨਹੀਂ ਜੀ ਗੱਲ ਇਹਦੇ ਹਾਲ ਚਾਲ ਨਹੀਂ ਕਰਨੀ ਜੀ ਨਹੀਂ ਗਲਤੀ ਇਹਨਾਂ ਦੀ ਹੈ ਸਭ ਤੋਂ ਜ਼ਿਆਦਾ ਕਿਉਂਕਿ ਇਹਨਾਂ ਨੇ ਬਾਰਡਰ ਤੇ ਸਿਕਿਉਰਿਟੀ ਟਾਈਟ ਨਹੀਂ ਰੱਖੀ, ਇਹਨਾਂ ਦੇ ਬਾਰਡਰ ਤੇ ਸਿਕਿਉਰਿਟੀ ਟਿੱਲੀ ਛੱਡੀ ਪਈ ਹੈ। ਇਹਦੇ ਬਾਰੇ ਕਹਿਣਾ ਚਾਹੁੰਦੇ ਹੋ? ਇਹਨਾਂ ਨੇ ਗੰਭੀਰ ਆਰੋਪ ਲਾਏ ਆ, ਤਿੱਖਾ ਧੜ ਤੇ ਜਿਹੜਾ ਵਾਰ ਕੀਤਾ ਵੈਸੇ ਹੋਰ ਸਾਡੀ ਪੂਰੀ ਟੈਟ ਆ ਪਰਿੰਦਾ ਨਹੀਂ ਫਰ ਮਾਰ ਸਕਦਾ। ਵੇਖੋ ਪਰਿੰਦਾ ਪਰਿੰਦਾ ਭਾਵੇਂ ਨਾ ਫਰ ਮਾਰਦਾ ਹੋਵੇ ਪਰ ਉਧਰ ਸਮੈਲ ਜਿਹੜੀ ਇਧਰ ਆ ਰਹੀ ਆ ਤੁਸੀਂ ਉਹਦੇ ਫੌਜੀ ਖਿਲਾ ਰਹੇ ਆ ਉਹਦੇ ਤੁਸੀਂ ਬੋਧ ਮਾਰ ਰਹੇ ਆ। ਮੋਦੀ ਨੇ ਪਾਕਿਸਤਾਨ ਨੂੰ ਪੂਰਾ ਨੁਕਰੇ ਲਾਤਾ, ਉਹ ਮੋਦੀ ਜੀ ਨੇ ਨਹੀਂ ਲਾਇਆ, ਉਹ ਫੌਜ ਨੇ ਲਾਇਆ ਵਾ, ਤੁਸੀਂ ਤਾਂ ਮਹੀਨਾ ਮਹੀਨਾ ਅੰਦਰ
ਦੀ ਗੱਲ ਬਹੁਤ ਵਧੀਆ ਹੈ ਕਿ ਜਿਵੇਂ ਉਹ ਦੱਸ ਰਹੇ ਨੇ ਕਿ ਇਹ ਸਾਰਾ ਕੁਝ ਜਿਹੜਾ ਵਾ ਨਹੀਂ ਇਹ ਫੌਜ ਦੀ ਜਿਹੜੀ ਮਿਹਰਬਾਨੀ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਨੁਕਰੇ ਲਾਇਆ ਹੋਇਆ ਹੈ। ਅਗਲਾ ਸਵਾਲ ਸਾਡਾ ਇਹ ਹੈ ਸੱਤਾਧਾਰੀ ਪਾਰਟੀ ਨੂੰ ਜਿਹੜੀਆਂ ਕਰੋਨਾ ਦੀਆਂ ਕਿੱਟਸ ਹੈ 22 लाख करोड़ गल तां इह है कि जे किसी नौजवान ने पढ़ लिख के गड्डियां दे नाल वोट कसने सी तां उहनू मंत्रियां दी कोई जरूरत नहीं है, उह आप वी जाके जिहड़ा वा गड्डियां दे नाल वोट किसे तों नौकरी ला सकदा कोई माड़ी जिहड़ी। फिर आप जी ने कहा था कि सरकारी नौकरियां दवांगे ते पर आप जी ने कहते कोई ना नौकरी सरकारी दीती, कोई सरकारी नौकरी दीती अहीं अपने समय विच सब नु नौकरियां दित्तियां की नौकरियां दित्तियां टीचर भर्ती करा पूछ लो ये भर्ती करा अहीं ते लोकां दे बिल नहीं कटिया अहीं एक मिनट बिल माफ कीते लोकां की गल माफ कीते 50,000 बिल आए इन्हां दे कटिया तां ये जेड़े बिल कट के दे देंदे हो अहीं इन्ने बिल नहीं दिंदे पर इन्ने बिल आ फिर भी उन्हां दे छोटी उम्र च सियासत बारे इन्ने वड्डे वड्डे सवाल जेकर साडे बच्चे हुण तों ही करन लगे ने तां आउण वाले समें च सियासत च हरेक वादा करके भुल जाणा सौखा काम नहीं रहेगा। ब्यूरो रिपोर्ट, हकीकत टीवी, पंजाबी।